ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਰਤਾਜ ਸਹਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਅਨੁਠੀ ਲਸਾਨੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਉਹਨਾਂ ਦੇ ਸ਼ਹੀਦੀ ਪੁਰਬ ਤੇ ਸ਼ਹਾਦਤ ਦੇ ਕੁਝ ਕਾਰਨਾਂ ਨੂੰ ਕੁਝ ਘਟਨਾਵਾਂ ਨੂੰ ਉਤੇ ਉਸ ਸਮੇਂ ਦੇ ਹਾਲਾਤ ਦੇ ਲੇਖੇ ਜੋਖੇ ਲਈ ਕੁਝ ਗੱਲਾਂ ਆਪ ਸਭ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਪਿਛਲੇ 2 ਦਿਨਾਂ ਦੇ ਵਿੱਚ ਆਪਾਂ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸ਼ਤਾப்தੀ ਸੀ ਇੱਕ ਪਾਤਸ਼ਾਹੀ ਦੇ ਤੌਰ ਤੇ ਉਹਦਾ ਜ਼ਿਕਰ ਕੀਤਾ ਸੀ ਗੁਰੂ ਅਰਜਨ ਦੇਵ ਜੀ ਦੀ ਉਸ ਅਨੂਠੀ ਅਦੁੱਤੀ ਅਪਰਾਪਾਰ ਅਸੀਮ ਸ਼ਕਤੀ ਦਾ ਜ਼ਿਕਰ ਵੀ ਕੀਤਾ ਸੀ ਕਿ ਕਿਵੇਂ ਸੁਲਹੀ ਖਾਨ ਹਮਲਾ ਕਰਕੇ ਆਇਆ ਸੁਲਬੀ ਖਾਨ ਹਮਲਾ ਕਰਕੇ ਆਇਆ ਤੇ ਦੋਨੇ ਹੀ ਅੰਮ੍ਰitsar ਪਹੁੰਚਣ ਤੋਂ ਪਹਿਲਾਂ ਰਾਹ ਦੇ ਵਿੱਚ ਹੀ ਮਾਰੇ ਗਏ ਹਲਾਤੇ ਹੋ ਜਾ ਬਣ ਗਏ ਇਹ ਸਤਿਗੁਰ ਦੇ ਉੱਤੇ ਜੋ ਚੜ ਕੇ ਆਉਂਦਾ ਹੈ ਜਿਸ ਵਰਤੀ ਨਾਲ ਆਉਂਦਾ ਹੈ ਉਹ ਪਾ ਲੈਂਦਾ ਹੈ ਉਹ ਜੇ ਸਤਿਗੁਰ ਦੇ ਦਰ ਤੇ ਸ਼ਰਧਾ ਨਾਲ ਗਿਆ ਸ਼ਰਦਾ ਰੱਖ ਕੇ ਗਿਆ ਉਹ ਤੇ ਸਤਿਗੁਰੂ ਤੁਹਾਡੀ ਹਰ ਸ਼ਰਦਾ ਵੀ ਪੂਰੀ ਕਰਦਾ ਹੈ ਪਰ ਜੇ ਸਤਿਗੁਰ ਤੇ ਹਮਲਾਵਰ ਹੋ ਕੇ ਗਏ ਉਹ ਅਗ ਲੈ ਕੇ ਗਏ ਉਹ ਤੇ ਮੁਰਿਓਂ ਅੱਗ ਹੀ ਮਿਲੇਗੀ ਇਹ ਸਾਡੇ ਇਤਿਹਾਸ ਨੇ ਸਾਡੀਆਂ ਪਰੰਪਰਾਵਾਂ ਨੇ ਸਾਡੀਆਂ ਪਿਰਤਾ ਨੇ ਸਾਡੇ ਫਲਸਫੇ ਨੇ ਇਹ ਸਾਰਾ ਕੁਝ ਸੱਚ ਸਾਬਤ ਕਰ ਦਿੱਤਾ ਹੈ ਉਹਨਾਂ ਨੂੰ ਸਜ਼ਾਵਾਂ ਮਿਲੀਆਂ ਨੇ ਜਿਹੜੇ ਗੁਰੂ ਘਰ ਤੇ ਹਮਲਾਵਰ ਹੋਏ ਨੇ ਕਦੀ ਅਕਾਲ ਪੁਰਖ ਪ੍ਰਮਾਤਮਾ ਨੇ ਸਜ਼ਾ ਦੇਤੀ ਕਦੀ ਸਤਿਗੁਰ ਨੇ ਸਜ਼ਾ ਦੇਤੀ ਤੇ ਕਦੀ ਸਤਿਗੁਰ ਦੇ ਸਿੱਖਾਂ ਨੇ ਸਜ਼ਾ ਦੇ ਦਿੱਤੀ ਪਰ ਪਿਛਲੇ ਐਪੀਸੋਡ ਤੋਂ ਬਾਅਦ ਜਦੋਂ ਮੈਂ ਸੁਲਹੀ ਮੂਏ ਦੀ ਗੱਲ ਕਰਦਾ ਹਾਂ ਉਸ ਉਹਦਾ ਜ਼ਿਕਰ ਸਤਿਗੁਰ ਨੇ ਗੁਰਬਾਣੀ ਦੇ ਹੋਰ ਅਨੇਕਾਂ ਸ਼ਬਦਾਂ 'ਚ ਵੀ ਕੀਤਾ ਹੈ ਮੈਂ ਆਧਾਰਨ ਵਜੋਂ ਕਹਾਂ ਕਿ ਗੌੜੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ ਸੁਲਹੀ ਦਾ ਨਾਂ ਲੈਣ ਤੋਂ ਬਿਨਾ ਕਿ ਜਿਹੜੇ ਲੋਕ ਗਰੀਬਾਂ ਦੇ ਉੱਪਰ ਔਰ ਗਰੀਬਾਂ ਦੇ ਮਤਲਬ ਜਿਹੜੇ ਲੋਕ ਕਿਸੇ ਦੇ ਨਾਲ ਵੈਰ ਕਰਦੇ ਨੇ ਨਿਰਵੈਰ ਨਿਬਰਤਾ ਵਾਲੇ ਲੋਕ ਜੇ ਕੋਈ ਨਿਰਵੈਰਾਂ ਦੇ ਨਾਲ ਵੈਰ ਕਰਦਾ ਹੈ ਤਾਂ ਫਿਰ ਸਤਗੁਰੂ ਉਸ ਨਿਰਵੈਰ ਦੇ ਨਾਲ ਆਪ ਖੜਾ ਹੋ ਜਾਂਦਾ ਹੈ ਤੇ ਵੈਰੀ ਨੂੰ ਸਜਾ ਦੇਦਾ ਹੈ ਗੜੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਸ਼ਾ ਨੇ ਦਾ ਜ਼ਿਕਰ ਕੀਤਾ ਕਿ ਗਰੀਬਾਂ ਉੱਪਰ ਜੇ ਖਿੰਝੇ ਦਾੜੀ ਪਾਰ ਬ੍ਰह्म ਸਾ ਅਗਨ ਮੈ ਸਾੜੀ ਕਿ ਜਿਹੜੀ ਦਾੜੀ ਦਾੜੀ ਦਾ ਮਤਲਬ ਰੁਤਬਾ ਉਹ ਰੁਤਬੇ ਦੀ ਗੱਲ ਹੁੰਦੀ ਸੀ ਜਿਹੜਾ ਰੁਤਬਾ ਜਿਹੜੀ ਤਾਕਤ ਜਿਹੜੀ ਸਮਰੱਥਾ ਗਰੀਬਾਂ ਦੇ ਉੱਪਰ ਖਿੱਚਦੀ ਹੈ ਗਰੀਬਾਂ ਤੇ ਜ਼ੁਲਮ ਕਰਦੀ ਹੈ ਆਮ ਲੋਕਾਂ ਨੂੰ ਸਤਾਉਂਦੀ ਆਮ ਲੋਕਾਂ ਨੂੰ ਲੁੱਟਦੀ ਹੈ ਗਰੀਬਾਂ ਉੱਪਰ ਜੇ ਖਿੰਝੇ ਦਾੜੀ ਪਾਰ ਬ੍ਰह्म ਸਾ ਅਗਨ ਵਿੱਚ ਸਾੜੀ ਪਾਰ ਬ੍ਰਹਮ ਨੂੰ ਅੱਗ ਦੇ ਵਿੱਚ ਸਾੜ ਦਿੰਦਾ ਹੈ ਸੜਨਾ ਹੁੰਦਾ ਹੈ ਇੱਕਦਮ ਸੜ ਪਰ ਸਮੇਂੋਂ ਪਹਿਲਾਂ ਸੜ ਜਾਂਦੀ ਹੈ ਪੂਰਾ ਨਿਆਂ ਕਰੇ ਕਰਤਾਰ ਆਪਣੇ ਦਾਸ ਕੋ ਰੱਖਣ ਹਾਰ ਰਹਾਓ ਕਿ ਉਸ ਕਰਤਾਰ ਦਾ ਨਿਆਂ ਪੂਰਾ ਚੱਲਦਾ ਏ ਉੱਥੇ ਬੇਇਨਸਾਫੀ ਨਹੀਂ ਹੁੰਦੀ ਉਦੇ ਇਨਸਾਬ ਦੀ ਚੱਕੀ ਬੇਸ਼ੱਕ ਹੌਲੀ-ਹੌਲੀ ਚੱਲੇ ਪਰ ਪਸਾਈ ਬਰੀਕ ਕਰਦੀ ਆ ਪੂਰਾ ਨਿਯਾਮ ਕਰੇ ਕਰਤਾਰ ਆਪਣੇ ਦਾਸ ਕੋ ਰੱਖਣ ਹਾਰ ਰਹਾਓ ਆਦ ਜੁਗਾਦ ਪ੍ਰਗਟ ਪ੍ਰਤਾਪ ਇਹ ਸ਼ੁਰੂ ਤੋਂ ਲੈ ਕੇ ਆਦ ਜਦੋਂ ਜਿਹੜੇ ਹਾਲੇ ਜੁਗਣੀ ਸੰ ਸ਼ੁਰੂ ਹੋਏ ਉਦੋਂ ਵੀ ਤੇ ਜਦੋਂ ਯੁਗ ਸ਼ੁਰੂ ਹੋਗਾ ਯੁਗਾਂ ਦੇ ਵਿੱਚ ਵੀ ਆਦ ਜੁਗਾਦ ਪਰਗਟ ਪ੍ਰਤਾਪ ਉਹਦਾ ਪ੍ਰਮਾਤਮਾ ਦਾ ਪ੍ਰਤਾਪ ਹਮੇਸ਼ਾ ਪ੍ਰਗਟ ਹੁੰਦਾ ਰਿਹਾ ਹੈ ਨਿੰਦਕ ਮੂਆ ਉਪਜ ਵੱਡ ਤਾਪ ਜਿਹੜੇ ਨਿੰਦਕ ਹੁੰਦੇ ਨੇ ਪ੍ਰਮਾਤਮਾ ਦੇ ਔਰ ਪ੍ਰਮਾਤਮਾ ਦੇ ਬੰਦਿਆਂ ਦੇ ਸੱਚਿਆਂ ਬੰਦਿਆਂ ਦੇ ਜਿਹੜੇ ਨਿੰਦਕ ਹੁੰਦੇ ਨੇ ਨਾ ਉਹ ਆਪ ਨਿੰਦਾ ਕਰਦੇ ਕਰਦੇ ਵੱਡੀਆਂ ਬਿਮਾਰੀਆਂ ਦੇ ਨਾਲ ਆਪ ਮਰ ਜਾਂਦੇ ਨੇ ਨਿੰਦਕ ਮੂਆ ਉਪਜ ਵੱਡ ਤਾਪ ਪਰ ਕੌਣ ਮਾਰਦਾ ਕੌਣ ਹੈ ਉਹਨਾਂ ਨੂੰ ਤਿੰਨ ਮਾਰਿਆ ਜੇ ਰੱਖੇ ਨਾ ਕੋਈ ਕੋਨ ਨੂੰ ਮਾਰਦਾ ਵੀ ਉਹ ਅਕਾਲਪੁਰਖ ਪ੍ਰਮਾਤਮਾ ਹੈ ਜਿਹਦੇ ਮਾਰਿਆ ਨੂੰ ਕੋਈ ਜਿਹਦੇ ਜਦੋਂ ਉਹ ਮਾਰਨ ਲੱਗਦਾ ਹੈ ਤੇ ਫਿਰ ਕੋਈ ਬਚਾ ਨਹੀਂ ਸਕਦਾ ਜਦੋਂ ਇੱਕ ਇਨਸਾਨ ਦੂਜੇ ਇਨਸਾਨ ਨੂੰ ਮਾਰਨ ਲੱਗਦਾ ਤੇ ਕਹਿੰਦੇ ਵੀ ਮਾਰਨ ਵਾਲੇ ਨਾਲ ਰੱਖਣ ਵਾਲਾ ਬਹੁਤ ਵੱਡਾ ਹੁੰਦਾ ਬਚਾ ਲੈਂਦਾ ਹੈ ਪਰ ਤਿੰਨ ਮਾਰਿਆ ਜੇ ਰੱਖੇ ਨਾ ਕੋਏ ਅੱਗੇ ਪਾਸ਼ੇ ਮੰਦੀ ਸੋਏ ਉਹਦੇ ਅੱਗੇ ਪਿਛੇ ਸਾਰੇ ਬੰਨੇ ਉਹਦੀਆਂ ਮੰਦੀਆਂ ਸੋਆਂ ਮੰਦੀਆਂ ਉਦੀ ਬਾਰੇ ਮਾੜੀਆਂ ਗੱਲਾਂ ਜਿਹੜੀਆਂ ਸਾਰੇ ਬੰਨੇ ਫੈਲਦੀਆਂ ਨੇ ਮਾਰਦਾ ਵੀ ਉਹ ਹੈ ਜਿਹਦਾ ਮਾਰਿਆ ਹੋਇਆ ਕੋਈ ਬਚਾ ਨਹੀਂ ਸਕਦਾ ਪਰ ਆਪਣੇ ਦਾਸ ਰੱਖੇ ਕੰਠ ਲਾਏ ਸ਼ਰਨ ਨਾਨਕ ਹਰਨਾਮ ਤੇ ਆਏ ਤੇ ਕਰਨਾ ਕੀ ਚਾਹੀਦਾ ਹੈ ਕਿ ਪ੍ਰਮਾਤਮਾ ਦੇ ਨਾਮ ਤੇ ਆਉਂਦਿਆਂ ਹੋਇਆਂ ਪ੍ਰਮਾਤਮਾ ਦੀ ਸ਼ਰਨ ਵਿੱਚ ਰਹਿਣਾ ਚਾਹੀਦਾ ਹੈ ਆਪਣੇ ਦਾਸ ਰੱਖੇ ਕੰਠ ਲਾਏ ਉਹ ਆਪਣੇ ਦਾਸ ਨੂੰ ਆਪਣੇ ਕੰਠ ਲਾ ਕੇ ਰੱਖਦਾ ਹੈ ਜਦੋਂ ਸ਼ਬਦ ਪਿਛਲੇ ਐਪੀਸੋਡ ਜਦੋਂ ਮੈਂ ਗੱਲ ਕੀਤੀ ਸੁਲਹੀ ਤੇ ਨਾਰਾਇਣ ਨੇ ਰੱਖ ਲਿਆ ਤੱਕ ਸ਼ੰਕਾ ਕੁਝ ਵਿਕਤੀਆਂ ਨੇ ਪੈਦਾ ਕੀਤਾ ਕਿ ਜੀ ਉਦੋਂ ਰੱਖ ਲਿਆ ਸੀ ਤੇ ਸ਼ਹਾਦਤ ਲਈ ਕਿਉਂ ਰੱਖਿਆ ਮੈਂ ਉਹਦੀ ਗੱਲ ਵੀ ਕਰਨੀ ਆ ਸਤਗੁਰੂ ਦੀ ਮਰਜ਼ੀ ਤੋਂ ਬਿਨਾ ਸਤਗੁਰੂ ਦੇ ਭਾਣੇ ਤੋਂ ਬਿਨਾ ਸਤਗੁਰੂ ਦੇ ਚੋਜ ਤੋਂ ਬਿਨਾ ਕਿਸੇ ਦਰਖਤ ਦਾ ਪੱਤਾ ਵੀ ਨਹੀਂ ਹਿਲ ਸਕਦਾ ਸ਼ਹਾਦਤ ਹੋਣੀ ਤਾਂ ਦੂਰ ਦੀ ਗੱਲ ਹੈ ਜੇ ਗੁਰਤੇਗ ਬਾਧਰ ਚੱਲ ਕੇ ਗਿਆ ਸਨ ਆਪ ਵੀ ਉਦੋਂ ਵੀ ਕਾਤਲਵਲ ਚੱਲ ਕੇ ਗਿਆ ਸਨ ਕਤਲਗਾਵਲ ਚੱਲ ਕੇ ਗਿਆ ਸਨ ਆਪਣੀ ਮਰਜ਼ੀ ਨਾਲ ਗੁਰੂ ਨੂੰ ਗੁਰੂ ਦੇ ਉੱਤੇ ਕਿਸੇ ਦੀ ਮਰਜ਼ੀ ਨਹੀਂ ਚੱਲ ਸਕਦੀ ਗੁਰੂ ਦੀ ਮਰਜ਼ੀ ਗੁਰੂ ਦਾ ਬਾਣਾ ਚੱਲਦਾ ਹੈ ਗੁਰੂ ਨੇ ਕੋਦਰ ਅਵਿਸਥਾਨਤ ਕਰਨਾ ਹੁੰਦਾ ਹੈ ਇਹ ਗੱਲ ਆਪਾਂ ਕਰਨੀ ਅਗਲੇ ਓਪੀਸੋਡ ਚ ਕਰਾਂਗੇ ਪਰ ਪਹਿਲੇ ਦੇਖ ਲਈਏ ਕਿ ਗੁਰੂ ਅਰਜਨ ਦੇਵ ਜੀ ਕਿੰਨੀ ਕੋ ਤਾਕਤ ਦੇ ਮਾਲਕ ਸਨ ਕਿੱਡੀ ਕੋ ਸਮਰੱਥਾ ਦੇ ਮਾਲਕ ਸਨ ਗੁਰੂ ਅਪਣ ਤਾਂ ਆ ਕੇ ਗੱਲ ਕੀਤੀ ਹੋਈ ਸਮਝਾ ਸਕੇ ਜਦੋਂ ਗੁਰੂ ਅਰਜਨ ਦੇਵ ਦੀ ਤਾਕਤ ਦੀ ਗੱਲ ਕਰਦੇ ਮੁੱਢ ਦੇ ਵਿੱਚ ਜਦੋਂ ਮੈਂ ਐਪੀਸੋਡ ਸ਼ੁਰੂ ਕਰਨ ਲੱਗਾ ਸੀ ਤਾਂ ਮੈਂ ਪਟ ਮਥਰਾ ਜੀ ਦੀ ਇੱਕ ਗੱਲ ਕਹੀ ਸੀ ਪਟ ਮਥਰਾ ਜੀ ਦੇ ਪੋਲਾਂ ਨੂੰ ਆਪ ਸਭ ਨਾਲ ਸਾਂਝਾ ਕੀਤਾ ਸੀ ਦੋ ਪਕਤੇ ਉਹਨਾਂ ਦੇ ਸੋਈਏ ਵਿੱਚੋਂ ਦੁਬਾਰਾ ਕਰ ਲੈਣਾ ਗੁਰੂ ਅਰਜਨ ਦੇਵ ਜੀ ਦੀ ਤਾਖਤ ਦਾ ਗੁਰੂ ਅਰਜਨ ਦੇਵ ਜੀ ਦੇ ਰੁਤਬੇ ਦਾ ਗੁਰੂ ਅਰਜਨ ਦੇਵ ਜੀ ਦੀ ਸਮਰੱਥਾ ਦਾ ਜ਼ਿਕਰ ਕਰਦੇ ਆ ਪਟਮਸਰਾ ਜੀ ਕਹਿੰਦੇ ਨੇ ਕਿ ਧਰਨ ਗਗਨ ਨਵਖੰਡ ਮੈਂ ਜੋਤ ਸਰੂਪੀ ਰਹੋ ਪਰ ਪਣ ਮਤਰਾ ਕਸ਼ਵੇਦ ਨਹੀਂ ਗੁਰੂ ਅਰਜਨ ਪਰਤਖ ਹਰ ਗੁਰੂ ਅਰਜਨ ਪਰਤਖ ਹਰ ਭੇਦ ਕੋਈ ਨਹੀਂ ਅਕਾਲ ਪੁਰਖ ਪ੍ਰਮਾਤਮਾ ਦੇ ਵਿੱਚ ਤੇ ਗੁਰੂ ਅਰਜਨ ਦੇ ਵਿੱਚ ਭੇਦ ਕੋਈ ਨਹੀਂ ਇਹ ਪਟ ਮਥਰਾ ਨੇ ਇਹ ਗੱਲ ਕਹ ਦਿੱਤੀ ਹੈ ਗੁਰਬਾਣੀ ਵਿੱਚ ਕਹ ਦਿੱਤੀ ਆ ਧਰਨ ਗਗਨ ਫੰਡ ਵਿੱਚ ਧਰਤੀ ਉੱਤੇ ਇਸ ਆਕਾਸ਼ ਵਿੱਚ ਤੇ ਇਸ ਨਵਖੰਡ ਦੇ ਵਿੱਚ ਇਹ ਗੱਲ ਜੋਤ ਸਰੂਪ ਦੇ ਰੂਪ ਵਿੱਚ ਭਰੀ ਹੋਈ ਗੱਲ ਜਿਹੜੀ ਹੈ ਜਿਹੜਾ ਅਕਾਲ ਪੁਰਖ ਪ੍ਰਮਾਤਮਾ ਜੋਤ ਸਰੂਪੀ ਬਣ ਕੇ ਬੈਠਾ ਹੈ ਸਮਝ ਲੈ ਗੁਰੂ ਅਰਜਨ ਦੇਵ ਜੀ ਉਹਦਾ ਪ੍ਰਤੱਖ ਰੂਪ ਹੈ ਪਟ ਮਥਰਾ ਜੀ ਨੇ ਕਹ ਦਿੱਤੀ ਪਰਮਾਤਮਾ ਦੀ ਸਾਰੀਆਂ ਸ਼ਕਤੀਆਂ ਦੇ ਮਾਲਕ ਪਰ ਭਟ ਬਧਰਾ ਜੀ ਨਾਲ ਨਾਲ ਚੇਤਾਵਨੀ ਵੀ ਦਿੰਦੇ ਨੇ ਕਿ ਕਈਆਂ ਨੂੰ ਇਹ ਗੱਲ ਸਮਝ ਨਹੀਂ ਆਉਣੀ ਕਿ ਜਿਹੜਾ ਸਾਹਮਣੇ ਦਿਖ ਰਿਹਾ ਹੈ ਸਰੀਰ ਇਹ ਪਰਮਾਤਮਾ ਦਾ ਰੂਪ ਕਿਵੇਂ ਹੋ ਗਿਆ ਪਰਮਾਤਮਾ ਕਿਵੇਂ ਹੋ ਗਿਆ ਪਰਮਾਤਮਾ ਦੀਆਂ ਸਾਰੀਆਂ ਸ਼ਕਤੀਆਂ ਦਾ ਮਾਲਕ ਕਿਵੇਂ ਹੋ ਗਿਆ ਕਿ ਜਿਆਨ ਨੂੰ ਇਹ ਗੱਲ ਸਮਝ ਨਹੀਂ ਆਉਣੀ ਕਹਿੰਦੇ ਪਰ ਮੈਂ ਇਹ ਚੇਤਾਵਨੀ ਦੇ ਦਿੰਦਾ ਸਮਝ ਲਓ ਕਿ ਇਹ ਪਦਤ ਤੇ ਮਤ ਚੁੱਕੇ ਰਹਿ ਮਨ ਮਨ ਸਮਝ ਲਾ ਇਸ ਗੱਲ ਤੋਂ ਕਿਤੇ ਚੁੱਕ ਨਾ ਜਾਈ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈ ਹਿਰਦੇ ਅੰਦਰ ਵਸਾਲਾ ਹੈ ਪਦ ਤੇ ਮਤ ਚੁੱਕ ਕੇ ਰਹਿ ਮਨਾ ਭੇਦ ਬਿਵੇਦ ਨਾ ਜਾਣ ਬਿਓ ਇੱਕ ਕਹਿੰਦੇ ਰਤੀ ਜਿੰਨਾ ਵੀ ਭੇਦ ਨਾ ਜਾਣ ਲਈ ਪ੍ਰਮਾਤਮਾ ਜਿੱਤੇ ਗੁਰੂ ਅਰਜਨ ਦੇਵ ਦੇ ਵਿੱਚ ਕਿਉਂਕਿ ਪ੍ਰਤੱਖ ਸ਼ਿਰਦੇ ਗੁਰੂ ਅਰਜਨ ਕਾ ਹਰ ਪੂਰਨ ਬ੍ਰਹਮਨ ਵਾਸ ਰਿਓ ਕਿ ਗੁਰੂ ਅਰਜਨ ਦੇਵ ਦੇ ਹਿਰਦੇ ਅੰਦਰ ਪ੍ਰਮਾਤਮਾ ਬੈਠਾ ਜੇ ਪ੍ਰਤੱਖ ਪ੍ਰਤੱਖ ਹੋ ਗਏ ਪ੍ਰਤੱਖ ਹਿਰਦੇ ਗੁਰੂ ਅਰਜਨ ਕਾ ਹਰਪੂਰਨ ਬ੍ਰਾਹਮਣ ਵਾਸਲੀਓ ਪੂਰਨ ਬ੍ਰह्म ਪਰਮਾਤਮਾ ਗੁਰੂ ਅਰਜਨ ਦੇਵ ਦੇ ਹਿਰਦੇ ਅੰਦਰ ਬੈਠਾ ਹੈ। ਇਹ ਪੱਕੀ ਕਰ ਰਹਾ ਪਟਮਤਰਾ ਜੀ ਔਰ ਇੱਕ ਨਹੀਂ 700 ਸਵਈਆਂ ਉਹਨਾਂ ਨੇ ਕੀਤੀਆਂ ਨੇ ਇਸ ਗੱਲ ਦੇ ਉੱਤੇ। ਪਟਮਤਰਾ ਜੀ ਨੇ 700 ਸਵਈਆਂ ਦੇ ਵਿੱਚ ਗੱਲ ਕੀਤੀ ਗੁਰੂ ਅਰਜਨ ਦੇਵ ਦੀ ਆ। ਸਮਾਂ ਨਹੀਂ ਹੁੰਦਾ ਪੂਰੀ ਗੱਲ ਕਹਿ ਲਈ ਪਰ ਮੈਂ ਇੱਕ ਗੱਲ ਕਰ ਲੈਣਾ ਫੇਰ ਸਾਂਝੀ ਕਰ ਲੈਣਾ। ਪਟਮਤਰਾ ਜੀ ਕਹਿੰਦੇ ਨੇ ਜਬ ਲਾਉ ਨਹੀਂ ਭਾਗ ਲਲਾਰ ਉਦੇ ਕਿਹਦੇ ਜਿਨ੍ਹਾਂ ਦੇ ਭਾਗ ਨਹੀਂ ਜਾਗੇ ਹੋਏ ਜਿਨ੍ਹਾਂ ਦੇ ਮਥਿਆਂ ਦੇ ਭਾਗ ਨਹੀਂ ਜਾਗੇ ਹੋਏ ਉਹ ਭਰਮ ਦੇ ਫਿਰਦੇ ਆ ਉਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਆਉਣੀ ਜਿਨ੍ਹਾਂ ਦੇ ਮਥਿਆਂ ਦੇ ਭਾਗ ਨਹੀਂ ਜਾਗੇ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆਉਣੀ ਲੱਖ ਸਮਝਾਉਣ ਦਾ ਯਤਨ ਕਰੀਏ ਕਿਉਂਕਿ ਉਹਦੇ ਮਥਿਆਂ ਦੇ ਭਾਗ ਦੇ ਵਿੱਚ ਇਹ ਗੱਲ ਹੈ ਹੀ ਨਹੀਂ ਸਮਝ ਨਹੀਂ ਜਦ ਲਾਉ ਨਹੀਂ ਭਾਗ ਲਲਾਰ ਉਦੇ ਤਬ ਲੋ ਭਰਮ ਤੇ ਫਿਰਤੇ ਬਹੁਤ ਆਇਓ ਉਹਨਾਂ ਨੇ ਭਰਮ ਦੇ ਫਿਰਨਾ ਕਲ ਕੋ ਹਰ ਸਮੁੰਦਰ ਮੇ ਬੂਡਤ ਤੇ ਕਬੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹੀ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਣ ਗਰ ਬਨਾਇਓ ਕਹਿੰਦੇ ਗੱਲ ਸਮਝ ਨਹੀਂ ਆਉਣੀ ਉਹਨਾਂ ਨੂੰ ਜਿਨ੍ਹਾਂ ਦੇ ਮਥਿਆਂ ਦੇ ਭਾਗ ਨਹੀਂ ਜਾਕੇ ਕਿਉਂਕਿ ਉਹਨਾਂ ਨੇ ਦੂਜੇ ਪਾਸੇ ਲੱਗੇ ਹੀ ਰਹਿਣਾ ਉਹਨਾਂ ਨੂੰ ਸੱਚ ਦੀ ਗੱਲ ਪਰਪਕਾਰ ਦੀ ਗੱਲ ਸਮਝਾਉਣੀ ਨਹੀਂ ਕਿ ਗੁਰੂ ਅਰਜਨ ਦੇਵ ਜੀ ਪ੍ਰਤੱਖ ਪਰਮਾਤਮਾ ਨੇ ਉਹਨਾਂ ਨੇ ਡੁੱਬ ਜਾਣਾ ਹੈ ਕਲਯੁਗ ਦੇ ਅੰਦਰ ਕਲਯੁਗ ਦੇ ਕੋਹਰ ਅੰਦਰ ਡੁੱਬੀ ਜਾਣਾ ਹੈ ਕਿਉਂਕਿ ਉਹਨਾਂ ਦੇ ਮਨ ਮਸਤਕ ਤੇ ਕਲਯੁਗ ਹਾਵੀ ਹੋ ਗਿਆ ਪਛਤਾਵਾ ਹੀ ਪਛਤਾਵਾ ਉਹਦੇ ਪੱਲੇ ਰਹਿ ਜਾਣਾ ਹੈ ਪਰ ਕਹਿੰਦੇ ਤਤ ਦੀ ਗੱਲ ਮੈਂ ਆਖਦਿਆਂ ਤਤ ਵਿਚਾਰ ਯਹੀ ਮਥਰਾ ਮੈਂ ਤਤ ਦੀ ਗੱਲ ਆਖ ਰਿਹਾ ਮਥਰਾ ਕਹਿ ਰਿਹਾ ਮਤਲਬ ਪੱਟ ਕੇ ਦਾ ਮੈਂ ਤਤ ਦੀ ਗੱਲ ਆਖ ਰਿਹਾ ਬ੍ਰਹਮ ਗਿਆਨੀ ਬਿਰਤੀ ਵਾਲਾ ਜਿਹਦੀ ਬਾਣੀ ਗੁਰੂ ਗ੍ਰੰਥ ਸਾਹਿਬ ਵੀ ਦਰਜ ਹੈ ਬਾਅਦ ਸ਼ਹੀਦ ਵੀ ਹੋਇਆ ਪੱਟ ਮਥਾ ਜਿੰਨਾ ਪੱਟਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਰਜ ਨਾ 11 ਦੀ ਉਹਨਾਂ ਵਿੱਚੋਂ ਦੋ ਸ਼ਹੀਦ ਵੀ ਹੋਏ ਨੇ ਪੱਟ ਕੀਰਤ ਵੀ ਸ਼ਹੀਦ ਹੋਇਆ ਪੱਟ ਮਥਾ ਵੀ ਸ਼ਹੀਦ ਹੋਇਆ ਤੇ ਦੋਨੇ ਸਕੇ ਭਰਾ ਸਨ ਸਕੇ ਭਰਾ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦਰਜ ਹੈ ਬਾਣੀ ਵੀ ਦਰਜ ਹੈ ਸਕੇ ਭਰਾਵਾਂ ਦੀ ਤੇ ਦੋਨੇ ਸਕੇ ਭਰਾ ਸ਼ਹੀਦ ਵੀ ਹੋਏ ਪਠਗੀਰ ਤੇ ਪਠ ਮਥਰਾ ਸ਼ਹਾਦਤ ਦੇ ਸਿਖਰ ਤੇ ਖੜੇ ਹੋਗੇ ਸੱਚ ਕਹਿ ਰਹੇ ਨੇ ਉਹ ਜਿੱਦਾਂ ਉਹ ਸੱਚ ਕਹਿ ਰਹੇ ਨੇ ਗੁਰਬਾਣੀ ਇੰਦਰ ਵੀ ਦਰਜ ਹੋ ਗਿਆ ਹੈ ਸਰ ਕਿ ਬ੍ਰਹਮ ਗਿਆਨ ਹੋ ਗਿਆ ਪਰ ਸ਼ਹਾਦਤ ਵੀ ਦਿੱਤੀ ਹੈ ਸ਼ਹਾਦਤ ਦੇ ਸਿਖਰ ਤੇ ਖੜੇ ਹੋਗੇ ਪਠ ਮਥਰਾ ਜੀ ਕਹਿ ਰਹੇ ਨੇ ਤਤ ਵਿਚਾਰ ਜਹ ਮਥਰਾ ਕੇ ਤਤ ਦੀ ਗੱਲ ਕਰ ਰਿਆ ਮੈਂ ਜਿਹਨਾਂ ਨੂੰ ਨਹੀਂ ਸਮਝਉਣਾ ਨਹੀਂ ਆਉਣਾ ਪਰ ਮੈਂ ਤਤ ਦੀ ਗੱਲ ਕਹਿ ਦਿਆਂ ਤਤ ਦੀ ਗੱਲ ਕਹਿ ਰਿਆ ਤਤ ਵਿਚਾਰ ਜਹ ਮਥਰਾ ਜਗਤਾਰਨ ਕੋ અવਤਾਰ ਬਣਾਇਆ ਕਿ ਗੁਰੂ ਅਰਜਨ ਦੇਵ ਜੀ ਦਾ અવਤਾਰ ਹੀ ਗੁਰੂ ਅਰਜਨ ਦੇਵ ਦਾ ਜਨਮ ਹੀ ਗੁਰੂ ਅਰਜਨ ਦੇਵ ਦਾ ਇਸ ਸੰਸਾਰ ਤੇ ਆਉਣਾ ਹੀ ਇਸ ਲਈ ਹੋਇਆ ਕਿ ਉਹਨਾਂ ਨੇ ਸੰਸਾਰ ਨੂੰ ਤਾਰਨਾ ਹੈ ਇਸਕਾ ਨੂੰ ਥੋੜਾ ਸਮਝ ਲਿਓ ਅੱਜ ਵੀ ਜਦੋਂ ਕੋਈ ਧਰਮ ਦੀ ਗੱਲ ਚੱਲਦੀ ਆ ਅਧਿਆਤਮਿਕਤਾ ਦੀ ਗੱਲ ਚੱਲਦੀ ਆ ਦੁਨੀਆ ਭਰ ਦੇ ਅਧਿਆਤਮਿਕ ਫਲਸਫੇ ਦੀ ਗੱਲ ਚੱਲਦੀ ਆ ਦੁਨੀਆ ਭਰ ਦੇ ਤੌਰ ਤੇ ਮੁਕਤੀ ਦਾ ਇਦੀ ਗੱਲ ਚੱਲਦੀ ਆ ਜੋ ਸੰਸਾਰ ਨੂੰ ਮੁਕਤ ਕਰ ਸਕਦਾ ਹੈ ਤਾਂ ਆਪਾਂ ਕਹਿੰਦੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਬੱਡੇ-ਬੱਡੇ ਵਿਦਵਾਨ ਕਰਿਆ ਦੁਨੀਆ ਵਰਦੇ ਵਿਦਵਾਨ ਕਰਿਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਿਰਜਣ ਵਾਲੇ ਗੁਰੂ ਗ੍ਰੰਥ ਸਾਹਿਬ ਨੂੰ ਸੰਪਾਦਿਤ ਕਰਨ ਵਾਲੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੇ ਇਸ ਗੱਲ ਨਾਲ ਜੋੜ ਕੇ ਜੇ ਨਾਲ ਦੇਖਿਓ ਪਟ ਮਥਰਾ ਦੀ ਗੱਲ ਕਿ ਤਤ ਵਿਚਾਰ ਇਹ ਮਥਰਾ ਜਗਤਾਰਨ ਕੋ ਅਵਤਾਰ ਬਣਾਇਆ ਗੁਰੂ ਅਰਜਨ ਦੇਵ ਦਾ ਅਵਤਾਰ ਗੁਰੂ ਅਰਜਨ ਦੇਵ ਦਾ ਜਨਮ ਉਹ ਐ ਇਸ ਲਈ ਉਹ ਸੰਸਾਰ ਤੇ ਆਏ ਇਸ ਲਈ ਉਹਨਾਂ ਨੇ ਸੰਸਾਰ ਨੂੰ ਤਾਰਨ ਵਾਲਾ ਫਲਸਫਾ ਦੇਣਾ ਸੀ ਇਸ ਸੰਸਾਰ ਨੂੰ ਤਾਰਨਾ ਸੀ ਜਗ ਤਾਰਨ ਕੋ অবতার ਬਣਾ ਜਗ ਨੂੰ ਤਾਰਨ ਲਈ ਆਏ ਸੀ ਤੇ ਫਿਰ ਚੌਥੀ ਪੰਕਤੀ ਕਹਿੰਦੇ ਫਿਰ ਜੇ ਇਸ ਪੱਧਰ ਦੀ ਗੱਲ ਹੈ ਭਟਮਾਤਰ ਜੀ ਫਿਰ ਐਲਾਨ ਕਰ ਦਿੰਦੇ ਕਿ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਣ ਘਰ ਬਣਾ ਆਇਆ ਜਿੰਨਾ ਗੁਰੂ ਅਰਜਨ ਦੇਵ ਦਾ ਨਾਮ ਜਪ ਲਿਆ ਨਾ ਸ਼ਰਦਾ ਨਾਲ ਪਿਆਰ ਨਾਲ ਗੁਰੂ ਅਰਜਨ ਦੇਵ ਨਾਲ ਜੁੜ ਗਿਆ ਗੁਰੂ ਅਰਜਨ ਦੇਵ ਦੀ ਜੁਗਤੀ ਨਾਲ ਜੁੜ ਗਿਆ ਗੁਰੂ ਅਰਜਨ ਦੇਵ ਨੂੰ ਸਮਝ ਲਿਆ ਗੁਰੂ ਅਰਜਨ ਦੇਵ ਨੂੰ ਜਾਣ ਲਿਆ ਗੁਰੂ ਅਰਜਨ ਦੇਵ ਦੀ ਸਿੱਖਿਆ ਨੂੰ ਆਪਣੇ ਮਨ ਚ ਵਸਾ ਲਿਆ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਣ ਘਰ ਬਣਾ ਆਇਆ ਉਹ ਦੁਬਾਰਾ ਫੇਰ ਘਰ ਵਿੱਚ ਨਹੀਂ ਆਉਣਗੇ ਐਡੀ ਵੱਡੀ ਤਾਕਤ ਦੇ ਮਾਲਕ ਨੇ ਗੁਰੂ ਅਰਜਨ ਦੇਵ ਜੀ ਪ੍ਰਤੱਖ ਪ੍ਰਮਾਤਮਾ ਦਾ ਰੂਪ ਨੇ ਉਹਨਾਂ ਦਾ ਨਾਮ ਲੈਣ ਵਾਲੇ ਇਸ ਸੰਸਾਰ ਤੋਂ ਤਰ ਜਾਣਗੇ ਪੂਰਨ ਬ੍ਰਹਮ ਉਹਨਾਂ ਦੇ ਹਿਰਦੇ ਅੰਦਰ ਵਸਦਾ ਹੈ ਇਹ ਗੱਲ ਪਟ ਮਥਰਾ ਜੀ ਨੇ ਆਖ ਦਿੱਤੀ ਹੈ ਅਰੇ ਉਹਨਾਂ ਨੇ ਇੱਕ ਅੰਦਾਜ਼ 'ਚ ਇਹ ਗੱਲ ਆਖੀ ਦੂਜੇ ਅੰਦਾਜ਼ 'ਚ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਉਹ ਕਹਿੰਦੇ ਕਿ ਇਹ ਗੱਲ ਤਾਂ ਆਪਾਂ ਸਾਰੇ ਮੰਨਦੇ ਆਂ ਕਿ ਗੁਰਨਾਨਕ ਪ੍ਰਮਾਤਮਾ ਦਾ ਰੂਪ ਸੀ ਗੁਰਨਾਨਕ ਪ੍ਰਮਾਤਮਾ ਦੀਆਂ ਸਾਰੀਆਂ ਸ਼ਕਤੀਆਂ ਲੈ ਕੇ ਸੰਸਾਰ ਦੇ ਉੱਤੇ ਆਇਆ ਸੀ ਸੁਣੀ ਪਕਾਰ ਦਤਾਰ ਪ੍ਰਭ ਗੁਰਨਾਨਕ ਜਗਮਾਏ ਪਿਠਾਇਆ ਭਾਈ ਗੁਰਦਾਸ ਜੀ ਦੀ ਬੋਲ ਕਿ ਜਦੋਂ ਦੁਨੀਆ ਇੱਕ ਤਰ੍ਹਾਂ ਨਾਲ ਵਿਲਕ ਰਹੀ ਸੀ ਪੁਕਾਰ ਕਰ ਰਹੀ ਸੀ ਕਿ ਪ੍ਰਮਾਤਮਾ ਤੂੰ ਆ ਤੇ ਗੁਰਨਾਨਕ ਦੇ ਵਿੱਚ ਪ੍ਰਮਾਤਮਾ ਸਾਰੀਆਂ ਸ਼ਕਤੀਆਂ ਲੈ ਕੇ ਗੁਰਨਾਨਕ ਆਪ ਇਸ ਸੰਸਾਰ ਤੇ ਪ੍ਰਮਾਤਮਾ ਦੇ ਰੂਪ ਵਿੱਚ ਆ ਗਿਆ ਜਾਇਦਾ ਕਿਉਂਕਿ ਪ੍ਰਮਾਤਮਾ ਗੁਰਨਾਨਕ ਦੇ ਰੂਪ ਵਿੱਚ ਸੰਸਾਰ ਤੇ ਆ ਗਿਆ ਇਸੇ ਕਰਕੇ ਆਪਾਂ ਕਹਿੰਦੇ ਗੁਰਨਾਨਕ ਸਾਹਿਬ ਦੀ ਜਦੋਂ ਗੱਲ ਕਰਦੇ ਹਾਂ ਧੰ ਗੁਰਨਾਨਕ ਤੂੰ ਹੀ ਨਰਿੰਕਾਰ ਗੁਰੂ ਨਾਨਕ ਤੂੰ ਹੀ ਨਰਕਾਰ ਗੁਰਬਾਣੀ ਵੀ ਕਹਿੰਦੀ ਆ ਆਪ ਨਰਾਇਣ ਕਲਾਤਾਰ ਜਗਮਾ ਪਰਵਰਿਓ ਗੁਰੂ ਨਾਨਕ ਪ੍ਰਮਾਤਮਾ ਦੀਆਂ ਪੂਰੀਆਂ ਕਲਾ ਲੈ ਕੇ ਨਰਾਇਣ ਦਾ ਰੂਪ ਜਿਹੜਾ ਸੀ ਗੁਰਨਾਨਕ ਦੇ ਰੂਪ ਚ ਪ੍ਰਗਟ ਹੋ ਗਿਆ ਤੇ ਭਟਮਸਰ ਜੀ ਵੀ ਦਲੀਲ ਦੀ ਗੱਲ ਵੀ ਕਰਦੇ ਕਹਿੰਦੇ ਇਸ ਤਰੀਕੇ ਨਾਲ ਵੀ ਸਮਝ ਲਓ ਮੈਂ ਕਹਿ ਰਿਹਾ ਆ ਮੈਂ ਜੋ ਸਮਝ ਲਿਆ ਆ ਆਪਣੇ ਬ੍ਰਹਮ ਗਿਆਨ ਤੋਂ ਜੋ ਮੈਂ ਦੇਖਿਆ ਉਹ ਤਾਂ ਮੈਂ ਕਹਿ ਹੀ ਰਿਹਾ ਪਰ ਮੇਰੇ ਇੱਕ ਇਸ ਅੰਦਾਜ਼ ਨਾਲ ਵੀ ਦੇਖੋ ਜਿਹੜਾ ਸਿਧਾਂਤ ਦੀ ਗੱਲ ਹੈ ਕਿ ਜੋ ਤੂ ਰੂਪ ਹਰ ਆਪ ਗੁਰਨਾਨਕ ਕਹ아요 ਇਹ ਗੱਲ ਤਾਂ ਸਾਰੇ ਮੰਨਦੇ ਹੋਣਾ ਕਹਿੰਦਾ ਕਿਉਂ ਅਕਾਲ ਪੁਰਖ ਪ੍ਰਮਾਤਮਾ ਜੋਤ ਰੂਪ ਆਪ ਹੀ ਗੁਰੂ ਨਾਨਕ ਘਾਇਆ ਇਸ ਸੰਸਾਰ ਤੇ ਆ ਕੇ ਪ੍ਰਮਾਤਮਾ ਭਾਈ ਤੇ ਕਹਿੰਦੇ ਗੁਰਨਾਨਕ ਆਪਣੀਆਂ ਸ਼ਕਤੀਆਂ ਕਿਹਨੂੰ ਦੇ ਗਿਆ ਤਾਂ ਤੇ ਅੰਗਦ ਭਇਆ ਤਤ ਸਿਓ ਤਤ ਮਿਲਾਇਆ ਸਾਰੀਆਂ ਸ਼ਕਤੀਆਂ ਜਿਹੜੀਆਂ ਗੁਰੂ ਅਰਨਾਨਕ ਦੇਵ ਕੋਲ ਪ੍ਰਮਾਤਮਾ ਦੀਆਂ ਸਾਰੀਆਂ ਸ਼ਕਤੀਆਂ ਸਨ ਉਹ ਕਿਹਨੂੰ ਦੇਤੀਆਂ ਤਾਂ ਤੇ ਅੰਗਦ ਭਇਓ ਅੰਗਦ ਨੂੰ ਸਾਰੀਆਂ ਸ਼ਕਤੀਆਂ ਦੇਤੀਆਂ ਤਤ ਸਿਓ ਤਤ ਮਿਲਾਇਆ ਸਾਰੀਆਂ ਤਾਕਤਾਂ ਜਿਹੜੀਆਂ ਸੀ ਤਤ ਵਾਲੀਆਂ ਤਾਕਤਾਂ ਸਾਰੀਆਂ ਗੁਰੂ ਨਾਨਕ ਦੇਵ ਨੇ ਗੁਰੰਗ ਦੇਵ ਨੂੰ ਦੇ ਕੇ ਆਪਣਾ ਰੂਪ ਆਪਣਾ ਅੰਗਦ ਬਣਾ ਲਿਆ ਅੰਗ ਬਣਾ ਲਿਆ ਪਾਈ ਲੈਣਾ ਜੀ ਨੂੰ ਤੇ ਗਾਂ ਕੀ ਹੋয়া ਕਹਿੰਦੇ ਅੰਗਦ ਕਿਰਪਾ ਧਾਰ ਅਮਰ ਸਤਗੁਰੂ ਥਿਰ ਕੀਓ ਤੇ ਗੁਰੂ ਅੰਗਦ ਦੇਵ ਨੇ ਕੀ ਕੀਤਾ ਆਪਣੀਆਂ ਸਾਰੀਆਂ ਤਾਕਤਾਂ ਜਿਹੜੀਆਂ ਗੁਰੂ ਨਾਨਕ ਦੇਵ ਤੋਂ ਮਿਲੀਆਂ ਸਭ ਪਰਮਾਤਮਾ ਦੀਆਂ ਸਾਰੀਆਂ ਤਾਕਤਾਂ ਉਹਨਾਂ ਕੋਲ ਸਨ ਜਿਹੜੀ ਸ਼ਕਤੀ ਉਹਨਾਂ ਕੋਲ ਚੱਲੀ ਆ ਰਹੀ ਸੀ ਪਿਤਾ ਪੁਰਖੀ ਉਹ ਸਾਰੀ ਦੀ ਸਾਰੀ ਜਿਹੜੀ ਸ਼ਕਤੀ ਸੀ ਗੁਰਨਾਨਕ ਤੋਂ ਗੁਰੂ ਅੰਗਦ ਦੇਵ ਕੋਲ ਜਿਹੜੀ ਆਈ ਸੀ ਗੁਰ ਅੰਗਦ ਦੇਵ ਨੇ ਅੰਗਦ ਦੇਵ ਅੰਗਦ ਕਿਰਪਾ ਧਾਰ ਅਮਰ ਸਤਗੁਰੂ ਥਿਰ ਕੀਓ ਤੇ ਉਹ ਗੁਰੂ ਅਮਰਦਾਸ ਨੂੰ ਦਿੱਤੀਆਂ ਤੇ ਫਿਰ ਗਾਂ ਕੀ ਕਹਿੰਦੇ ਹੋਇਆ ਗਾਂ ਇਹ ਹੋਇਆ ਕਿ ਅਮਰਦਾਸ ਅਮਰਤ ਛੱਤਰ ਗੁਰਰਾਮੇ ਦਿਓ ਤੇ ਗੁਰੂ ਅਮਰਦਾਸ ਹੀ ਨੇ ਉਹ ਅਮਰਤ ਛੱਤਰ ਜਿਹੜਾ ਸਾਰੀਆਂ ਤਾਕਤਾਂ ਸੀਗੀਆਂ ਸਾਰੀ ਸ਼ਕਤੀ ਸੀ ਜਿਹੜੀ ਜਿਹੜੀ ਪ੍ਰਮਾਤਮਾ ਦੀ ਗੁਰਨਾਨਕ ਸਾਹਿਬ ਤੋਂ ਚੱਲੀ ਆ ਰਹੀ ਸੀ ਗੁਰੂ ਅੰਗਦ ਦੇਵ ਦੇ ਵਿੱਚ ਆਈ ਸੀ ਗੁਰੂ ਅਮਰਦਾਸ ਕੋਲ ਆਈ ਸੀ ਗੁਰੂ ਅਮਰਦਾਸ ਨੇ ਸਾਰੀ ਸ਼ਕਤੀ ਅਮਰਦਾਸ ਅਮਰਤ ਛੱਤਰ ਗੁਰਰਾਮੇ ਦਿਓ ਗੁਰੂ ਰਾਮਦਾਸ ਨੂੰ ਦਿੱਤਾ ਤੇ ਗੁਰੂ ਰਾਮਦਾਸ ਦਰਸ਼ਨ ਪਰਸ ਕਾ ਮਤਰਾ ਅੰਮ੍ਰਿਤ ਬਾਣ ਮੂਰਤ ਪੰਜ ਪ੍ਰਮਾਨ ਪੁਰਖ ਗੁਰੂ ਅਰਜਨ ਭਿੱਖੋ ਨੈਣ ਤੇ ਕਹਿੰਦੇ ਗੁਰੂ ਰਾਮਦਾਸ ਤੋਂ ਸਾਰੀਆਂ ਸ਼ਕਤੀਆਂ ਪਾਟ ਮਤਰਾ ਇਹ ਕਹਿੰਦੇ ਮੈਂ ਆਪ ਦੇਖੀਆਂ ਆਪ ਗਵਾਹ ਐ ਇਸ ਗੱਲ ਦਾ ਕਿ ਗੁਰੂ ਰਾਮਦਾਸ ਦੀਆਂ ਸਾਰੀਆਂ ਸ਼ਕਤੀਆਂ ਜਿਹੜੀਆਂ ਗੁਰੂ ਅਰਜਨ ਦੇਵ ਦੇ ਕੋਲ ਆ ਗਈਆਂ ਜੀ ਮੂਰਤ ਪੰਜ ਪ੍ਰਮਾਨ ਪੁਰਖ ਗੁਰੂ ਅਰਜਨ ਭਿੱਖੋ ਨੈਣ ਮੈਂ ਅੱਖਾਂ ਨਾਲ ਦੇਖ ਕੇ ਗੱਲ ਕਹਿ ਰਿਹਾ ਜੀ ਕਿ ਸਾਰੀਆਂ ਸ਼ਕਤੀਆਂ ਗੁਰੂ ਅਰਜਨ ਦੇਵ ਕੋਲ ਆ ਗਈਆਂ ਤੇ ਜਿਹੜੀਆਂ ਸ਼ਕਤੀਆਂ ਆ ਗਈਆਂ ਕਿੱਡੀਆਂ ਕੁ ਵੱਡੀਆਂ ਸ਼ਕਤੀਆਂ ਨੇ ਉਹਦੇ ਬਾਰੇ ਵੀ ਗੁਰਬਾਣੀ ਨੇ ਨਿਰਨਾ ਕੀਤਾ ਗੁਰੂ ਅਰਜਨ ਦੇਵ ਦੀ ਕਿੱਡੇ ਵੱਡੇ ਸਨ ਆਪਾਂ ਇਸ ਗੱਲ ਦੇ ਉੱਤੇ ਪਹਿਲਾਂ ਖੜਿਆ ਕਿੱਡੀ ਕੁ ਵੱਡੀ ਸ਼ਕਤੀ ਸੀਗੀ ਕਹਿੰਦੇ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਕਹਿੰਦੇ ਜਲ ਤੇ ਥਲ ਕਰ ਗੁਰੂ ਕਿੱਡੀ ਕੁ ਵੱਡੀ ਸ਼ਕਤੀ ਦਾ ਮਾਲਕ ਹੈ ਪਰਮਾਤਮਾ ਕਿੱਡੀ ਵੱਡੀ ਸ਼ਕਤੀ ਦਾ ਮਾਲਕ ਹੈ ਤੇ ਪਰਮਾਤਮਾ ਦੀਆਂ ਸਾਰੀਆਂ ਸ਼ਕਤੀਆਂ ਜਦੋਂ ਗੁਰੂ ਕੋਲ ਨੇ ਕਿੱਦਾਂ ਕੁਸ਼ ਕੀਤਾ ਜਾ ਸਕਦਾ ਹੈ ਗੁਰਬਾਣੀ ਕਹਿੰਦੀ ਹੈ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਜੇ ਗੁਰੂ ਚਾਹੇ ਜੇ ਪਰਮਾਤਮਾ ਚਾਹੇ ਪਰਮਾਤਮਾ ਦੀਆਂ ਸਾਰੀਆਂ ਸ਼ਕਤੀਆਂ ਦਾ ਮਾਲਕ ਜੇ ਗੁਰੂ ਚਾਵੇ ਉਹ ਜਲ ਤੇ ਥਲ ਕਰ ਜਿੱਥੇ ਜਲ ਹੈ ਜਿੱਥੇ ਸਮੁੰਦਰ ਹੈ ਉਥੇ ਧਰਤੀ ਖੜੀ ਕਰ ਸਕਦਾ ਜਲ ਤੇ ਥਲ ਕਰ ਥਲ ਤੇ ਕੂਆ ਜਲ ਤੇ ਥਲ ਕਰ ਥਲ ਤੇ ਕੂਆ ਤੇ ਉਸ ਥਲ ਦੇ ਵਿੱਚ ਜਿੱਥੇ ਜਿੱਥੇ ਥਾਲੇ ਨਾ ਜਿੱਥੇ ਥਲ ਨੇ ਜਿੱਥੇ ਮਾਰੂ ਥਲ ਦੇ ਉਥੇ ਖੂਬ ਬਣਾ ਕਰ ਸਕਦਾ ਥਲ ਤੇ ਕੂਆ ਤੇ ਫਿਰ ਖੂਬ ਤੇ ਮੇਰ ਕਰਾਵੇ ਜਿੱਥੇ ਖੂਆ ਉਥੇ ਪਹਾੜ ਖੜਾ ਕਰ ਸਕਦਾ ਧਰਤੀ ਦੇ ਵਿੱਚ ਜੋ ਕੋਈ ਬਦਲੀ ਕਰਨੀ ਹੈ ਕਿਦਾਂ ਵੀ ਕਰਨੀ ਹੈ ਜਿੱਥੇ ਜਾਲਾ ਹੈ ਜਿੱਥੇ ਸਮੁੰਦਰ ਹੈ ਉਥੇ ਥਲ ਕਰ ਦਊਗਾ ਉਥੇ ਧਰਤੀ ਬਣਾ ਦਊਗਾ ਜਿੱਥੇ ਥਾਲਾ ਹੈ ਜਿੱਥੇ ਮਾਰੂ ਥਾਲਾ ਹੈ ਉਥੇ ਖੂਬ ਬਣਾ ਸਕਦਾ ਜਿੱਥੇ ਕੂਣੇ ਉਹ ਤੇ ਖੂਹਾਂ ਦੇ ਉੱਤੇ ਪਹਾੜ ਖੜੇ ਕਰ ਸਕਦਾ ਹੈ ਜੇ ਪ੍ਰਮਾਤਮਾ ਇ ਚਾਹੇ ਤੇ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਇੰਨੀ ਅਸੀ ਸ਼ਕਤੀ ਦਾ ਮਾਲਕ ਹੈ ਗੁਰੂ ਪ੍ਰਮਾਤਮਾ ਦੀ ਸਾਰੀਆ ਮਰਜ਼ੀਆਂ ਦਾ ਜਿਹੜੀਆਂ ਗੁਰੂ ਦੇ ਰਾਹੀ ਚੱਲਣੀਆਂ ਨੇ ਇੰਨੀ ਸ਼ਕਤੀ ਦਾ ਮਾਲਕ ਹੈ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ ਕਿ ਜਿਹੜਾ ਧਰਤੀ ਤੇ ਰੀਂਗਦਾ ਪਿਆ ਉਹਨੂੰ ਚੱਕ ਕੇ ਅਸਮਾਨ ਤੇ ਚੜਾ ਸਕਦਾ ਹੈ ਬੁਲੰਦੀਆਂ ਦੇ ਸਕਦਾ ਹੈ ਤੇ ਜਿਹੜਾ ਅਸਮਾਨਾਂ ਦੇ ਵਿੱਚ ਉੱਡ ਰਿਹਾ ਹੈ ਜੇ ਗੁਰੂ ਦਾ ਚਾਹੇ ਉਹਦਾ ਉਡਣਾ ਤੇ ਉਹਨੂੰ ਧਰਤੀ ਤੇ ਰੀਂਗਨ ਲਾ ਸਕਦਾ ਹੈ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ ਭੈਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੈਖਾਰੀ ਭੈਖਾਰੀ ਨੂੰ ਰਾਜਾ ਬਣਾ ਸਕਦਾ ਹੈ ਤੇ ਰਾਜੇ ਨੂੰ ਭੈਖਾਰੀ ਬਣਾ ਸਕਦਾ ਹੈ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਖਦਾਰੀ ਉਹ ਖਲ ਮੂਰਖ ਨੂੰ ਪੰਡਤ ਜਿਹੜਾ ਮੂਰਖ ਹੈ ਜਿਹੜਾ ਸਿਰੇ ਦਾ ਮੂਰਖ ਹੈ ਉਹਨੂੰ ਵਿਦਵਾਨ ਬਣਾ ਸਕਦਾ ਹੈ ਤੇ ਪੰਡਤ ਤੇ ਮੁਖਦਾਰੀ ਜਿਹੜਾ ਬਹੁਤ ਵੱਡਾ ਵਿਦਵਾਨ ਸਮਝਦਾ ਆਪਣੇ ਆਪ ਨੂੰ ਉਹਨੂੰ ਜੇ ਸਤਗੁਰੂ ਚਾਹੇ ਤਾਂ ਉਹਨੂੰ ਕਾਲਪੁਰਖ ਪ੍ਰਮਾਤਮਾ ਚਾਹੇ ਤਾਂ ਉਹਦੇ ਤੋਂ ਵੱਡੀ ਤੋਂ ਵੱਡੀ ਮੂਰਖਤਾ ਕਰਵਾ ਸਕਦਾ ਹੈ। ਐਡੀਆਂ ਸ਼ਕਤੀਆਂ ਦਾ ਮਾਲਕ ਹੈ। ਔਰ ਇਸ ਸੰਸਾਰ ਦੇ ਵਿੱਚ ਸੰਸਾਰ ਉਹਦੇ ਬਾਣੀ ਅੰਦਰ ਕਿਦਾਂ ਚੱਲਦਾ ਹੈ? ਉਹ ਪ੍ਰਮਾਤਮਾ ਦੀਆਂ ਸ਼ਕਤੀਆਂ ਦੇ ਨਾਲ ਕਿਦਾਂ ਚੱਲਦਾ ਹੈ? ਗੁਰੂ ਦੇ ਰਾਹੀਂ ਜਦੋਂ ਸ਼ਕਤੀਆਂ ਵਰਤਦੀਆਂ ਨੇ ਤੇ ਕਿਦਾਂ ਚੱਲਦਾ ਹੈ? ਉਹਦੇ ਬਾਰੇ ਵੀ ਜ਼ਿਕਰ ਕੀਤਾ ਹੈ ਗੁਰੂ ਨਾਨਕ ਦੇਵ ਜੀ ਨੇ ਮਾਝ ਕੀ ਵਾਰ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 144 ਦੇ ਉੱਤੇ ਮਹਾਵਾਕ ਹੈ। ਇਹ ਜੇ ਗੁਰੂ ਚਾਹੇ ਨਾ ਜੇ ਪ੍ਰਮਾਤਮਾ ਚਾਹੇ ਪ੍ਰਮਾਤਮਾ ਦੀਆਂ ਸਾਰੀਆਂ ਸ਼ਕਤੀਆਂ ਦਾ ਮਾਲਕ ਗੁਰੂ ਚਾਹੇ ਤਾਂ ਸਿੰਘਾਂ ਬਾਜਾਂ ਚਰਗਾਂ ਕੂਹਾਂ ਇਹਨਾਂ ਖਵਾਲੇ ਕਾ ਸ਼ੇਰ ਬਾਜ ਚਰਗਾਂ ਕੂਹਾਂ ਜਿਹੜੇ ਉਹ ਜਾਨਵਰ ਜਿਹੜੇ ਮਾਸ ਖਾਣ ਵਾਲੇ ਨੇ ਪਸ਼ੂ ਤੇ ਪੰਛੀ ਜਿਹੜੇ ਮਾਸ ਤੋਂ ਬਿਨਾ ਕੁਝ ਹੋਰ ਖਾਂਦੇ ਹੀ ਨਹੀਂ ਸਿੰਘਾਂ ਬਾਜਾਂ ਚਰਗਾਂ ਕੂਹਾਂ ਇਹਨਾਂ ਖਵਾਲੇ ਘਾ ਇਹਨਾਂ ਨੂੰ ਘਾ ਖਾਨ ਲਾ ਸਕਦਾ ਹੈ ਘਾ ਖਾਨ ਤੇਨਾ ਮਾਸ ਖਵਾਲੇ ਇਹ ਚਲਾਹੇ ਰਾਹ ਕਿ ਜਿਹੜੇ ਘਾ ਖਾਨ ਵਾਲੇ ਨੇ ਜਿਹੜੇ ਮਾਸ ਖਾਨ ਨੂੰ ਘਾ ਖਾਨ ਲਾ ਦੇਵੇ ਪਰ ਜਿਹੜੇ ਘਾ ਖਾਨ ਵਾਲੇ ਉਹਨਾਂ ਨੂੰ ਮਾਸ ਖਾਨ ਵੀ ਲਾ ਸਕਦਾ ਹੈ ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਜਿੱਤੇ ਜੀ ਜੀਵੇਲਾ ਸਾਹਾ ਜਵਾਲੇ ਤਾਂ ਕਿ ਅਸਾਹ ਨਾਨਕ ਜਿਉਂ-ਜਿਉ ਸੱਚੇ ਭਾਵੇ ਤਿਉਂ-ਤਿਉ ਦੇ ਗਰਾ ਕਿ ਜਿਵੇਂ ਜਿਵੇਂ ਚਾਹੁੰਦਾ ਉਵੇਂ-ਉਵੇਂ ਹੋਣਾ ਇੱਥੇ ਗੱਲ ਮੈਂ ਥੋੜੀ ਦਿਹਾਉ ਬੱਚਾ ਕੇ ਗੱਲਵਾ ਆਮ ਕਹਦਨਦੇ ਸੀ ਕਿ ਕਹਦਾ ਧਤਾ ਗੁਰਬਾਣੀ ਚ ਕਿ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹ ਕਿਛ ਕੀੜੇ ਨੂੰ ਪਾਤਸ਼ਾਹੀ ਦੇ ਕੇ ਅਕਾਲ ਪੁਰਖ ਪ੍ਰਮਾਤਮਾ ਸਤਗੁਰੂ ਉਹਦੇ ਕੋਲੋਂ ਲਸ਼ਕਰਾਂ ਨੂੰ ਸੁਆਹ ਕਰਾ ਸਕਦਾ ਹੈ ਫੌਜਾਂ ਨੂੰ ਪਰ ਕਿਦੀ ਦਾ ਹੁੰਦਾ ਨਹੀਂ ਦੇਖਿਆ ਜਦੋਂ ਗੁਰੂ ਦੀ ਕਲਾ ਵਰਦੀ ਜਦੋਂ ਪ੍ਰਮਾਤਮਾ ਦੀ ਕਲਾ ਵਰਦੀ ਉਹ ਦਿਸਦੀ ਨਹੀਂ ਆ ਕਿ ਇਹਨਾਂ ਦਿਨਾਂ ਦੇ ਵਿੱਚ ਹੀ ਤੁਸੀਂ ਦੇਖਿਆ ਹੋਣਾ ਕੀੜਾ ਤਾਂ ਕੀ ਉਹ ਕੀੜਾ ਜਿਹੜਾ ਦਿਸਦਾ ਹੀ ਨਹੀਂ ਉਹ ਕੀੜਾ ਜਿਹਦੇ ਅੰਦਰ ਜਾਨ ਹੀ ਕੋਈ ਨਹੀਂ ਜਿਹਨੂੰ ਵਾਇਰਸ ਕਿਹਾ ਗਿਆ ਹੈ ਬੈਕਟੀਰੀਆ ਵੀ ਨਹੀਂ ਵਾਇਰਸ ਕਿਹਾ ਗਿਆ ਹੈ ਬੈਕਟੀਰੀਆ ਤੋਂ ਵੀ ਘੱਟ ਤਾਕਦਾ ਮਾਲਕ ਕੋਵਿੰਟ ਕਰੋਨਾ ਵਾਇਰਸ ਦੇ ਨਾਮ ਦੇ ਥੱਲੇ ਕਿਹੜਾ ਥਾਪ ਦੇ ਪਾਤਸ਼ਾਹੀ ਉਹ ਵਾਇਰਸ ਨੂੰ ਕਹਿੰਦੇ ਵੀ ਉਹ ਜਿਹੜੀ ਬਾਦ ਸੀਗੀ ਉਹ ਚੱਲੀ ਦਿਸਦੀ ਵੀ ਨਹੀਂ ਤੇ ਵੱਡੀਆਂ-ਵੱਡੀਆਂ ਜਿਹੜੀਆਂ ਸੁਪਰ ਪਾਵਰਾਂ ਸੀ ਨਿਸ਼ਟ ਨੂੰ ਬੁੱਧੋ ਗਈਆਂ ਕਿਹੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਪ੍ਰਮਾਤਮਾ ਕੋ ਲਈ ਨੇ ਤਖਤਾਂ ਤਾਕਤਾ ਨੇ ਪ੍ਰਮਾਤਮਾ ਜੋ ਚਾਹੇ ਕਰ ਸਕਦਾ ਜਦੋਂ ਚਾਹੇ ਕਰ ਸਕਦਾ ਜਿਵੇਂ ਚਾਹੇ ਕਰ ਸਕਦਾ ਤੇ ਪ੍ਰਮਾਤਮਾ ਦੀਆਂ ਸਾਰੀਆਂ ਸ਼ਕਤੀਆਂ ਦਾ ਮਾਲਕ ਗੁਰੂ ਹੈ ਪੂਰਾ ਗੁਰੂ ਗੁਰੂ ਅਰਜਨ ਦੇਵ ਜੀ ਪੂਰੇ ਗੁਰੂ ਗੁਰਨਾਨਕ ਦਾ ਰੂਪ ਦੋ ਤਰੀਕਿਆਂ ਨਾਲ ਭਟ ਮਤਰਾ ਜੀ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਕਿ ਗੁਰੂ ਅਰਜਨ ਦੇਵ ਜੀ ਦੇ ਕੋਲ ਬੈਠ ਕੇ ਮੈਂ ਦੇਖਿਆ ਗੁਰੂ ਅਰਜਨ ਦੇਵ ਦੇ ਨੇੜੇ ਬੈਠ ਕੇ ਦੇਖਿਆ ਮੈਂ ਭਗਤੀ ਚੁੱਤਰ ਕੇ ਦੇਖਿਆ ਮੈਂ ਆਪਣੀ ਬ੍ਰह्म ਗਿਆਨ ਦੀ ਬਿਰਤੀ ਦੇ ਨਾਲ ਦੇਖਿਆ ਮੈਂ ਆਪਣੇ ਆਪੇ ਨੂੰ ਵਿਸਤਾਰ ਕੇ ਦੇਖਿਆ ਮੈਂ ਆਪਣੇ ਆਪੇ ਚ ਮੁਕਤ ਹੋ ਕੇ ਦੇਖਿਆ ਕਿ ਗੁਰੂ ਅਰਜਨ ਦੇਵ ਜੀ ਧਰਨ ਗगन ਨਵਖੰਡ ਵਿੱਚ ਜੋਤ ਸਰੂਪੀ ਰਹੋ ਭਰ ਭਨ ਮਥਰਾ ਕਛਵੀਦ ਨਹੀਂ ਗੁਰੂ ਅਰਜਨ ਪ੍ਰਤਖਰ ਕਿ ਮੈਂ ਦੇਖਿਆ ਗੁਰੂ ਅਰਜਨ ਦੇਵ ਪ੍ਰਤਖਰ ਨੇ ਉਹ ਕਹਿੰਦਾ ਮੈਂ ਦੇਖਿਆ ਕਿ ਅਰ ਪ੍ਰਤਛਰ ਦੇ ਗੁਰੂ ਅਰਜਨ ਕੇ ਹਰਪੂਰਨ ਬ੍ਰਹਮ ਨਵਾਸ ਦਿਓ ਕਿ ਗੁਰੂ ਅਰਜਨ ਦੇਵ ਦੇ ਹਿਰਦੇ ਅੰਦਰ ਪਰਮਾਤਮਾ ਵਸਦਾ ਹੈ ਪੂਰਨ ਬ੍ਰਹਮ ਵਸਦਾ ਹੈ ਮੈਂ ਦੇਖਿਆ ਉਹਨਾਂ ਦੂਜੇ ਦਿਨ ਕਿ ਨਾ ਫੇ ਦੱਸਿਆ ਕਿ ਤੁਸੀਂ ਮੇਰੀ ਗੱਲ ਮੇਰਾ ਮੇਰੇ ਜਿਹੜਾ ਵਿਸ਼ਵਾਸ ਹੈ ਜਿਹੜਾ ਮੇਰਾ ਨਿਚਾ ਬਣਿਆ ਹੈ ਜਿਉ ਮੈਂ ਦੇਖਿਆ ਉਹਦੀ ਗੱਲ ਨਾ ਵੀ ਕਰੀਏ ਸਿਧਾਂਤ ਦੀ ਗੱਲ ਤਾਂ ਮੰਨਦੇ ਹੋ ਨਾ ਸਾਰੇ ਕਿ ਗੁਰਨਾਣਕ ਦੇਵ ਜੀ ਪ੍ਰਮਾਤਮਾ ਦਾ ਰੂਪ ਨੇ ਆਪ ਨਰਾਇਣ ਕਲਾਤਾਰ ਜਗ ਮੈਂ ਭਰਿਆ ਤੇ ਗੁਰਨਾਣਕ ਤੋਂ ਜਿਹੜੀਆਂ ਤਾਕਤਾਂ ਚਲਦੀਆਂ ਆ ਰਹੀਆਂ ਗੁਰਨਾਣਕ ਨੇ ਸਾਰੀਆਂ ਸ਼ਕਤੀਆਂ ਲੈਣੇ ਨੂੰ ਦੇ ਕੇ ਗੁਰੂ ਅੰਗਦ ਬਣਾ ਦਿੱਤਾ ਗੁਰੂ ਅੰਗਦ ਦੇ ਉਹਨੇ ਗੁਰੂ ਅਮਰਦਾਸ ਬਣਾ ਦਿੱਤਾ ਗੁਰੂ ਅਮਰਦਾਸ ਨੇ ਗੁਰੂ ਰਾਮਦਾਸ ਬਣਾ ਦਿੱਤਾ ਤੇ ਗੁਰੂ ਰਾਮਦਾਸ ਨੇ ਉਹ ਸਾਰੀਆਂ ਸ਼ਕਤੀਆਂ ਦੇ ਕੇ ਗੁਰੂ ਅਰਜਨ ਦੇਵ ਨੂੰ ਗੱਦੀ ਤੇ ਸਥਾਪਿਤ ਕਰ ਦਿੱਤਾ ਸੋ ਇਸ ਪੱਖੋਂ ਵੀ ਤੁਸੀਂ ਸਿਧਾਂਤ ਦੀ ਗੱਲ ਵੀ ਸਮਝ ਲਿਓ ਗੁਰਨਾਨਕ ਦਾ ਰੂਪ ਹੈ ਗੁਰੂ ਅਰਜਨ ਦੇਵ ਜੀ ਜੋ ਤੋਹਾ ਜੁਗਤ ਸਾਇ ਸੈ ਕਾਇਆ ਫੇਰ ਪਲਟੀਏ ਕਾਇਆ ਹੀ ਪਲਟੀ ਗਈ ਹੈ ਤੇ ਉਸ ਹਿਸਾਬ ਦੇ ਨਾਲ ਵੀ ਗੁਰੂ ਅਰਜਨ ਦੇਵ ਪ੍ਰਮਾਤਮਾ ਦਾ ਰੂਪ ਜੇ ਇਸਰਕੇ ਕਹਿੰਦਾ ਮੈਂ ਐਲਾਨ ਕਰਦਾ ਤੱਤ ਦੀ ਗੱਲ ਕਹਿਣਾ ਤੁਹਾਨੂੰ ਸਮਝ ਆਵੇ ਨਾ ਆਵੇ ਸਮਝ ਉਹਨਾਂ ਨੂੰ ਆਉਣੀ ਵੀ ਨਹੀਂ ਜਿਨ੍ਹਾਂ ਦੇ ਮਥਿਆਂ ਦੇ ਭਾਗੜੀ ਜਾਗੇ ਪਰ ਮੈਂ ਤਤ ਦੀ ਗੱਲ ਇਹ ਕਹਿ ਰਿਹਾ ਤਤ ਵਿਚਾਰ ਜਹੇ ਮਥੜਾ ਜਗਤਾਰਨ ਕੋ અવਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੂਣ ਘਰ ਬਣਾ ਆਇਓ ਗੁਰੂ ਅਰਜਨ ਦੇਵ ਜੀ ਐਡੀ ਸ਼ਕਤੀ ਦੇ ਮਾਲਕ ਨੇ ਪਰਮਾਤਮਾ ਦੀਆਂ ਸਾਰੀਆਂ ਹੀ ਸ਼ਕਤੀਆਂ ਦੇ ਮਾਲਕ ਨੇ ਉਹਨਾਂ ਦਾ ਨਾਮ ਲਿਆ ਤਰਿਆ ਜਾ ਸਕਦਾ ਹੈ ਤੇ ਉਹਨਾਂ ਉੱਤੇ ਉਹਨਾਂ ਦੀ ਮਰਜ਼ੀ ਤੋਂ ਬਣਾ ਉਹਨਾਂ ਨੂੰ ਸ਼ਹੀਦ ਵੀ ਨਹੀਂ ਕੀਤਾ ਜਾ ਸਕਦਾ ਉਹਨਾਂ ਦੀ ਮਰਜ਼ੀ ਤੋਂ ਬਣਾਉਣਾ ਤੇ ਹਮਲਾ ਵੀ ਨਹੀਂ ਕੀਤਾ ਜਾ ਸਕਦਾ ਇਹ ਗੱਲ ਆਪਾਂ ਪਿਛਲੇ ਐਪੀਸੋਡਾਂ 'ਚ ਕਹੇ ਰਹੇ ਸੀ ਇਹ ਗੱਲ ਆਪਾਂ ਅਗਲੇ ਐਪੀਸੋਡਾਂ 'ਚ ਵੀ ਕਾਂਗੇ ਇੱਕ ਵਾਰ ਖਿਮਾ ਦੀ ਜਾਚਨਾ ਜੁੜੇ ਰਹੋ ਆਪਾਂ ਗੁਰੂ ਅਰਜਨ ਦੇਵ ਜੀ ਦੀਆਂ ਲਸ਼ਾਨੀ ਸ਼ਹਾਦਤ ਦੀਆਂ ਗੱਲਾਂ ਬਾਤਾਂ ਕਰਨੀਆਂ ਨੇ ਉਹਦੇ ਚੋਂ ਆਪਣੇ ਲਈ ਸੇਧ ਸਥਾਪਿਤ ਕਰਨੀਆਂ ਆਓ ਫਤਿਹ ਸਾਂਝੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ